सत श्री अकाल। इस समय की वड्डी खबर नवजोत सिंह सिद्धू होना दे नाल जुड़ी हुई है। कांग्रेस हाईकमान की प्रियंका गांधी की चिट्ठी आने तो मगरों पंजाब कांग्रेस की तस्वीर लगातार बदली जा रही है। तुहानू दस दिंदे हां कि इस समय पटियाला जेल के मनप्रीत सिंह बादल जो कि साबका खजाना मंत्री ने अते महिंदर सिंह केपी जो कि मुलाकात के लिए पहुंचे हुए हैं उन्होंने मुलाकात कर रहे हैं। साढ़े नाल फोनलाइन के उत्ते सुखविंदर सिंह सिद्धू साढ़े सहयोगी पत्रकार जुड़ चुके हैं। उन्होंने कोलों होर इस बारे जानकारी लैण की कोशिश करांगे। सिद्धू साहब, वड्डी तस्वीर है जी इस समय की जिहड़ी है कि नवजोत सिंह सिद्धू नाल मुलाकात करन दे लई सीनियर लीडर कांग्रेस के जिहड़े पहुंचे ने मनप्रीत सिंह बादल पहुंचे ने ते राणा महिंदर सिंह केपी पहुंचे ने जी। जी बिल्कुल, पिछले कई दिनों तो आप जिहड़ा हैगा यही गलबात दसदे आ रहे हैं कुलविंदर जी के जदों तो प्रियंका गांधी की जिहड़ी है चिट्ठी नवजोत सिंह सिद्धू नूं आई है उदों तो लगातार जिहड़ी है कांग्रेस की तस्वीर जिवें तुसीं दस रहे हो कि बदलदी जा रही है। लगातार लीडरां की जिहड़ी गिणती है मुलाकात करन वालियां की नवजोत सिंह सिद्धू दे नाल उन्हां दी जिहड़ी गिणती लगातार वधदी जा रही है। पिछले दिन तुसीं देखिया कि शमशेर सिंह दूलू होरी जिहड़े आ ओह मुलाकात करके गए है, होर केपी साहब भी मुलाकात करके गए, हुण फिर केपी साहब जिहड़े मुलाकात करन लई ओह जिहड़े ओह आए होए है। महिंदर सिंह केपी कांग्रेस दा वड्डा चेहरा ने, जिहड़े मंत्री भी रह चुके ने कांग्रेस दे जी। इह मुलाकात इस लई खास हो जांदी है क्योंकि मनप्रीत सिंह बादल अते कांग्रेस प्रधान राजा वड़िंग दा 36 दा अंकड़ा जिहड़ा ओह इस वक्त मन्निया जा रहा है। ते राजा वड़िंग अते सुखजिंदर सिंह रंधावा नूं मुलाकात दे लई नवजोत सिंह सिद्धू दा नां कह देना ते दूजे पासे नवजोत सिंह सिद्धू दी राजा वड़िंग दे ही कट्टर विरोधी पार्टी दे अंदर मन्ने जांदे मनप्रीत बादल दे नाल मुलाकात कीती जाणा अपने आप दे विच इक वड्डे मायने है। और यह भी गल कह दईए कि मनप्रीत सिंह बादल जिहड़े आ ओह राहुल गांधी दे नेड़े वी काफी जिहड़े आ मन्ने जांदे आ। और तुहानूं चेता होऊ कुलविंदर जी जदों ਜਿਹੜਾ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾਇਆ ਗਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਤੋਂ ਬਾਅਦ, ਤਾਂ ਉਦੋਂ ਕਹਿੰਦੇ ਕਿ ਰਾਹੁਲ ਗਾਂਧੀ ਨੇ ਸਭ ਤੋਂ ਜ਼ਿਆਦਾ ਜਿਹੜੀਆਂ ਸਲਾਹਾਂ ਲਈਆਂ ਸੀ ਉਹ ਮਨਪ੍ਰੀਤ ਸਿੰਘ ਬਾਦਲ ਦੀਆਂ ਸਲਾਹਾਂ ਜਿਹੜੀਆਂ ਉਹ ਉਸ ਵਕਤ ਲਈਆਂ ਸੀ, ਤੇ ਚਰਨਜੀਤ ਸਿੰਘ ਚੰਨੀ ਨੂੰ ਕਹਿੰਦੇ ਸੀਐਮ ਬਣਾਉਣ ਦੇ ਪਿੱਛੇ ਮਨਪ੍ਰੀਤ ਸਿੰਘ ਬਾਦਲ ਦਾ ਜਿਹੜਾ ਉਹ ਕਾਫੀ ਜ਼ਿਆਦਾ ਹੱਥ ਉਦੋਂ ਵੀ ਮੰਨਿਆ ਜਾ ਰਿਹਾ ਸੀਗਾ। ਤਾਂ ਹੁਣ ਜਿਸ ਤਰੀਕੇ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਦਾ ਮੁਲਾਕਾਤ ਕਰਨ ਲਈ ਆਉਣਾ, ਕਿਤੇ ਨਾ ਕਿਤੇ ਜਿਹੜੇ ਸਿਆਸੀ ਪੰਡਿਤ ਹੈਗੇ ਆ ਉਹ ਇਹੀ ਮੰਨ ਰਹੇ ਆ ਕਿ ਹਾਈ ਕਮਾਨ ਦੀ ਚਿੱਠੀ ਤੋਂ ਬਾਅਦ ਕਿਤੇ ਇੰਜ ਲੱਗ ਰਿਹਾ ਜਿਵੇਂ ਅੰਦਰ ਖਾਤੇ ਕੋਈ ਇਸ਼ਾਰਾ ਹੋ ਗਿਆ ਹੋਵੇ, ਕੋਈ ਇਸ਼ਾਰਾ ਹੋ ਗਿਆ ਹੋਵੇ ਵੱਡੇ ਲੀਡਰਾਂ ਨੂੰ, ਹਾਈ ਕਮਾਨ ਦੇ ਨੇੜੇ ਦੇ ਲੀਡਰਾਂ ਨੂੰ ਕੋਈ ਇਸ਼ਾਰਾ ਹੋ ਗਿਆ ਹੋਵੇ ਨਵਜੋਤ ਸਿੰਘ ਸਿੱਧੂ ਦੇ ਪ੍ਰਤੀ, ਜਿਹਦੇ ਕਰਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਲਗਾਤਾਰ ਜਿਹੜੀਆਂ ਮੁਲਾਕਾਤਾਂ ਦਾ ਸਿਲਸਿਲਾ ਜਿਹੜਾ ਉਹ ਵੱਧਦਾ ਜਾ ਰਿਹਾ। ਇਹ ਵੀ ਦੱਸ ਦਈਏ ਕਿ ਰਾਜਾ ਵੜਿੰਗ ਜਿਹੜੇ ਆ, ਰਾਜਾ ਵੜਿੰਗ ਵੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਕਾਫੀ ਨੇੜੇ ਰਹੇ ਆ ਮਨਪ੍ਰੀਤ ਸਿੰਘ ਬਾਦਲ ਅਤੇ ਜਿਹੜੇ ਮਨਪ੍ਰੀਤ ਸਿੰਘ ਬਾਦਲ ਦੇ ਨਿਸ਼ਾਨੇ ਸਾਧਦੇ ਰਹੇ ਆ ਜਦੋਂ ਰਾਜਾ ਵੜਿੰਗ ਕਿ ਮੈਨੂੰ ਇਹ ਹਰਾਉਣ ਦੀ ਕੋਸ਼ਿਸ਼ ਕਰਦੇ ਰਹੇ, ਤਾਂ ਉਦੋਂ ਨਵਜੋਤ ਸਿੰਘ ਸਿੱਧੂ ਨੇ 75-25 ਦੀ ਗੱਲ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਸਾਧੇ। ਤਾਂ ਕਿਸੇ ਸਮੇਂ ਰਾਜਾ ਵੜਿੰਗ ਨਵਜੋਤ ਸਿੰਘ ਸਿੱਧੂ ਦੇ ਕਾਫੀ ਨੇੜੇ ਸੀ ਤੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਧੜਾ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਉਦੋਂ ਕਹਿੰਦੇ ਕਿ ਉਹ ਇਹ ਸੋਚਦੇ ਆ ਕਿ ਰਾਜਾ ਵੜਿੰਗ ਦੇ ਕਰਕੇ ਹੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਿਸ਼ਤਿਆਂ ਦੇ ਵਿੱਚ ਉਦੋਂ ਖਟਾਸ ਹੋਈ ਕਿਉਂਕਿ ਰਾਜਾ ਵੜਿੰਗ ਦੇ ਪਿੱਛੇ ਨਵਜੋਤ ਸਿੰਘ ਸਿੱਧੂ ਨੇ ਉਸ ਵਕਤ ਬਠਿੰਡੇ ਦੀ ਰੈਲੀ ਦੇ ਵਿੱਚ ਜਿਹੜਾ ਹੈਗਾ ਸਟੈਂਡ ਲਿਆ ਸੀਗਾ। ਉਸ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਦੀ ਰਾਜਾ ਵੜਿੰਗ ਦੇ ਪਿੱਛੇ ਸਟੈਂਡ ਲੈਣ ਦੇ ਕਰਕੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਉਹ ਮੰਤਰੀ ਦੀ ਕਹਿੰਦੇ ਕੁਰਸੀ ਵੀ ਗਈ। ਉਸ ਤੋਂ ਬਾਅਦ ਤੁਸੀਂ ਦੇਖਿਆ ਕਿ ਰਾਜਾ ਵੜਿੰਗ ਜਦੋਂ ਸਿੱਧੂ ਪ੍ਰਧਾਨ ਬਣਦੇ ਆ ਤਾਂ ਰਾਜਾ ਵੜਿੰਗ ਹੁਣੀ ਜਿਹੜੇ ਆ ਉਹ ਸਿੱਧਾ ਗੁਲਦਸਤਾ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਘਰ ਪਹਿਲਾਂ ਪਹੁੰਚਦੇ ਆ ਤੇ ਗੱਡੀ ਵੀ ਚਲਾ ਕੇ ਲੈ ਕੇ ਜਾਂਦੇ। ਆਪਸ ਦੇ ਵਿੱਚ ਦੋਵਾਂ ਦਾ ਬਹੁਤ ਜ਼ਿਆਦਾ ਪਿਆਰ ਸੀਗਾ। ਤੇ ਫਿਰ ਤੁਸੀਂ ਦੇਖਿਆ ਹੋਣਾ ਕਿ ਨਵਜੋਤ ਸਿੰਘ ਸਿੱਧੂ ਨੇ ਕਹਿ ਕੇ ਕਹਿੰਦੇ ਕਿ ਜੋ ਖਬਰਾਂ ਸਾਹਮਣੇ ਆਈਆਂ ਜੋ ਸੂਤਰ ਦੱਸਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੇ ਅੜ ਕੇ ਜਿਹੜਾ ਰਾਜਾ ਵੜਿੰਗ ਨੂੰ ਜਿਹੜਾ ਉਹ ਮੰਤਰੀ ਵੀ ਬਣਵਾਇਆ ਸੀਗਾ ਤੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਹੋਏ ਰਾਜਾ ਵੜਿੰਗ ਨੂੰ ਕਹਿੰਦੇ ਸੀਗੇ ਕਿ ਤੂੰ ਮੇਰੀ ਇਨਵੈਸਟਮੈਂਟ ਹੈ ਔਰ ਵਧੀਆ ਤਰੀਕੇ ਦੇ ਨਾਲ ਕੰਮ ਕਰਨਾ ਤੇ ਸੂਤ ਸਮੇਤ ਜਿਹੜਾ ਉਹ ਵਾਪਸ ਆਪਾਂ ਕੰਮ ਕਰਕੇ ਲੋਕਾਂ ਨੂੰ ਮੋੜਨਾ। ਤਾਂ ਇਹ ਮੁਲਾਕਾਤ ਇਸ ਲਈ ਮਾਇਨੇ ਰੱਖਦੀ ਹੈ ਕਿ ਇੱਕ ਪਾਸੇ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਦੇ ਆਪਸੀ ਰਿਸ਼ਤਿਆਂ ਦੇ ਵਿੱਚ ਖਟਾਸ ਆਉਣੀ ਤੇ ਦੂਜੇ ਪਾਸੇ ਜਿਹੜੇ ਹਾਈ ਕਮਾਨ ਦੇ ਨੇੜਲੇ ਲੀਡਰ ਹੈ ਤੇ ਰਾਜਾ ਵੜਿੰਗ ਦੇ ਜਿਹੜੇ ਕੱਟੜ ਵਿਰੋਧੀ ਮਨਪ੍ਰੀਤ ਸਿੰਘ ਬਾਦਲ ਜਿਹੜੇ ਆ ਉਹਨਾਂ ਦਾ ਇਸ ਵਕਤ ਜੇਲ੍ਹ ਦੇ ਵਿੱਚ ਮੁਲਾਕਾਤ ਕਰਨਾ ਨਵਜੋਤ ਸਿੰਘ ਸਿੱਧੂ ਦੇ ਨਾਲ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਉਹ ਮਾਇਨੇ ਕੁਲਵਿੰਦਰ ਜੀ ਰੱਖਦਾ ਹੈ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮਨਪ੍ਰੀਤ ਸਿੰਘ ਬਾਦਲ ਨੇ ਨਾਲ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਉਹਨਾਂ ਦੇ
ਸਾਲੇ ਕਹਿੰਦੇ ਆ, ਤੇ ਉਹ ਜਿਹੜੇ ਹੈਗੇ ਆ ਜੈਜੀਤ ਚੌਲ, ਉਹ ਵੀ ਜਿਹੜੇ ਆ ਉਹ ਨਾਲ ਨੇ। ਤੁਸੀਂ ਦੇਖਿਆ ਕਿ ਪਿਛਲੇ ਦਿਨੀ ਜੈਜੀਤ ਚੌਲ ਨੇ ਵੀ ਰਾਜਾ ਵੜਿੰਗ ਦੇ ਉੱਪਰ ਜਿਹੜੇ ਆ ਗੰਭੀਰ ਜਿਹੜੇ ਇਲਜ਼ਾਮ ਲਾਏ ਸੀਗੇ, ਤਾਂ ਕਹਿੰਦੇ ਸੀਗੇ ਕਿ ਬਠਿੰਡੇ ਦੇ ਵਿੱਚ ਉਹ ਬੰਦੇ ਨੂੰ ਰਾਜਾ ਵੜਿੰਗ ਅਹੁਦਾ ਦਿੰਦੇ ਆ ਜਿਹੜਾ ਮਨਪ੍ਰੀਤ ਬਾਦਲ ਦੇ ਖਿਲਾਫ਼ ਬੋਲੇ। ਤਾਂ ਉਹਨਾਂ ਨੇ ਤਾਂ ਮਨਪ੍ਰੀਤ ਸਿੰਘ ਬਾਦਲ ਦੇ ਲਾਏ ਹੋਏ ਪ੍ਰਧਾਨ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਜ਼ਿਲ੍ਹਾ ਪ੍ਰਧਾਨ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਔਰ ਦੂਜੇ ਪਾਸੇ ਉਹਨਾਂ ਨੇ ਰਾਜਾ ਵੜਿੰਗ ਨੂੰ ਵੀ ਪ੍ਰਧਾਨ ਮੰਨਣ ਤੋਂ ਜਿਹੜਾ ਇਨਕਾਰ, ਕੁਲਵਿੰਦਰ ਜੀ ਜੇ ਤੁਹਾਨੂੰ ਚੇਤਾ ਹੋਵੇ, ਕਰ ਦਿੱਤਾ ਸੀ। ਉਹ ਵੀ ਹੁਣ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਵਜੋਤ ਸਿੰਘ ਸਿੱਧੂ ਦੇ ਨਾਲ ਜੇਲ੍ਹ ਦੇ ਵਿੱਚ ਪਹੁੰਚੇ ਹੋਏ ਆ ਜੈਜੀਤ ਜੌਲ। ਤੁਸੀਂ ਦੇਖ ਰਹੇ ਹੋ ਕਿ ਜੈਜੀਤ ਜੌਲ ਜਿਹੜੇ ਆ ਫਾਰਚੂਨਰ ਗੱਡੀ ਚਲਾ ਰਹੇ ਨੇ, ਮਨਪ੍ਰੀਤ ਬਾਦਲ ਜਿਹੜੇ ਆ ਉਹ ਵਿੱਚ ਬੈਠੇ ਹੋਏ ਨੇ, ਤੇ ਗੱਡੀ ਜਿਹੜੀ ਆ ਉਹ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਜਿਹੜੀ ਆ ਉਹ ਜਾਂਦੀ ਦਿਖਾਈ ਦੇ ਰਹੀ ਹੈ। 0786 ਜਿਹੜਾ ਉਹ ਨੰਬਰ ਮਨਪ੍ਰੀਤ ਸਿੰਘ ਬਾਦਲ ਦੀ ਗੱਡੀ ਦਾ, 786 ਨੰਬਰ ਜਿਹੜਾ ਮਨਪ੍ਰੀਤ ਸਿੰਘ ਬਾਦਲ ਦੇ ਲਈ ਮਸ਼ਹੂਰ ਮੰਨਿਆ ਜਾਂਦਾ ਹੈ, ਅਕਸਰ ਉਹਨਾਂ ਦੀਆਂ ਗੱਡੀਆਂ ਤੇ ਆਪਾਂ ਲੱਗਿਆ ਦੇਖਦੇ ਹਾਂ। ਤਾਂ ਇਹ ਜਿਹੜੀ ਗੱਲਬਾਤ ਤੁਸੀਂ ਦੇਖ ਸਕਦੇ ਹੋ ਕਿ ਉਹ ਅੰਦਰ ਜਾ ਰਹੇ ਨੇ, ਔਰ ਮਹਿੰਦਰ ਸਿੰਘ ਕੇਪੀ ਕਾਂਗਰਸ ਦੇ ਵੱਡੇ ਲੀਡਰ, ਕਾਂਗਰਸ ਦਾ ਵੱਡਾ ਚਿਹਰਾ, ਕਾਂਗਰਸ ਦੇ ਸੀਨੀਅਰ ਦੇ ਲੀਡਰਾਂ ਦੇ ਵਿੱਚੋਂ ਇੱਕ ਜਿਹੜੇ ਮਹਿੰਦਰ ਸਿੰਘ ਕੇਪੀ ਜਿਹੜੇ ਆ ਉਹ ਵੀ ਇਸ ਵਕਤ ਜੇਲ੍ਹ ਦੇ ਵਿੱਚ ਮੁਲਾਕਾਤ ਕਰ ਚੱਲ ਰਹੀ ਹੈ। ਲਗਾਤਾਰ 3 ਵਜੇ ਤੋਂ ਜਿਹੜੀ ਉਹ ਮੁਲਾਕਾਤ ਚੱਲ ਰਹੀ ਹੈ, ਕਾਫੀ ਸਮਾਂ ਇਸ ਮੁਲਾਕਾਤ ਨੂੰ ਜਿਹੜਾ ਹੋ ਚੁੱਕਿਆ, ਤੇ ਸਿਆਸੀ ਮਾਇਨੇ ਰਾਜਾ ਵੜਿੰਗ ਨੂੰ ਇੱਕ ਝਟਕਾ ਵੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਰਾਜਾ ਵੜਿੰਗ ਦੇ ਨਾਲ ਖੜਨ ਵਾਲੇ ਨਵਜੋਤ ਸਿੰਘ ਸਿੱਧੂ ਸੀ, ਔਰ ਆਪਸ ਦੇ ਵਿੱਚ ਦੋਵਾਂ ਦੀ ਕਾਫੀ ਰਿਸ਼ਤੇ ਜਿਹੜੇ ਚੰਗੇ ਸੀ। ਹੁਣ ਰਿਸ਼ਤਿਆਂ ਵਿੱਚ ਖਟਾਸ ਆਈ ਕਿਉਂ, ਇਹ ਤਾਂ ਕਹਿਣਾ ਸਾਡੇ ਲਈ ਮੁਸ਼ਕਿਲ ਹੈ, ਕਿਉਂਕਿ ਅੰਦਰ ਖਾਤੇ ਪਤਾ ਨਹੀਂ ਕੀ ਕੁਝ ਹੋਇਆ ਕੀ ਕੁਝ ਨਹੀਂ ਹੋਇਆ, ਸਾਨੂੰ ਇਸ ਬਾਰੇ ਜ਼ਿਆਦਾ ਨਹੀਂ ਜਾਣਕਾਰੀ। ਪਰ ਜਿਸ ਤਰੀਕੇ ਦੇ ਨਾਲ ਆਪਸੀ ਰਿਸ਼ਤਿਆਂ ਦੇ ਵਿੱਚ ਖਟਾਸ ਜਿਹੜੀ ਆਈ, ਰਾਜਾ ਵੜਿੰਗ ਖੁਦ ਮੰਨਦੇ ਨੇ ਕਿ ਮੈਂ 2 ਵਾਰੀ ਮੁਲਾਕਾਤ ਕਰਨ ਦੇ ਲਈ ਗਿਆ ਤੇ ਉਹਨਾਂ ਨੇ ਮੁਲਾਕਾਤ ਸਿੱਧੂ ਨੇ ਮੇਰੇ ਨਾਲ ਨਹੀਂ ਕੀਤੀ। ਉਹ ਖੁਦ ਮੰਨਦੇ ਨੇ ਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਉਹਨਾਂ ਦੇ ਨਾਲ ਸੀ, ਉਹਨਾਂ ਨੇ ਮੁਲਾਕਾਤ ਨਹੀਂ ਕੀਤੀ। ਤਾਂ ਦੂਜੇ ਪਾਸੇ ਰਾਜਾ ਵੜਿੰਗ ਦੇ ਉੱਪਰ ਨਿਸ਼ਾਨੇ ਸਾਧਨ ਵਾਲੇ ਜੈਜੀਤ ਚੌਲ, ਨਾਲ ਹੀ ਨਾਲ ਮਨਪ੍ਰੀਤ ਸਿੰਘ ਬਾਦਲ ਜਿਹੜੇ ਆ ਉਹ ਜਿਹੜੇ ਕਿ ਰਾਜਾ ਵੜਿੰਗ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਆ, ਉਹ ਜਦੋਂ ਮੁਲਾਕਾਤ ਕਰਨੀ ਜਾਂਦੇ ਆ ਤਾਂ ਇਹਦੇ ਵਾਕਈ ਹੀ ਸਿਆਸੀ ਮਾਇਨੇ ਨਿਕਲਦੇ ਆ। ਔਰ ਦੂਜੀ ਗੱਲ ਇਹ ਹੈ ਕਿ ਰਾਹੁਲ ਗਾਂਧੀ ਦੇ ਨੇੜੇ ਜਿਹੜਾ ਮਨਪ੍ਰੀਤ ਬਾਦਲ ਮੰਨੇ ਜਾਂਦੇ ਆ, ਇਸ ਵਕਤ ਕਿਹਾ ਜਾਂਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਲਾਇਆ ਤਾਂ ਇਹਨਾਂ ਤੋਂ ਸਲਾਹ ਮਸ਼ਵਰਾ ਜਿਹੜਾ ਉਹ ਚੰਗਾ ਲਿਆ ਸੀ, ਔਰ ਵੱਡਾ ਰੋਲ ਮਨਪ੍ਰੀਤ ਬਾਦਲ ਦਾ ਜਿਹੜਾ ਰਾਹੁਲ ਗਾਂਧੀ ਨੂੰ ਕਹਿ ਕੇ ਚੰਨੀ ਨੂੰ ਸੀਐਮ ਬਣਾਉਣ ਦੇ ਵਿੱਚ ਮੰਨਿਆ ਜਾਂਦਾ ਸੀ, ਹਾਈਕਮਾਨ ਦੇ ਨੇੜੇ ਮੰਨੇ ਜਾਂਦੇ ਆ, ਰਾਹੁਲ ਗਾਂਧੀ ਦੇ ਨੇੜੇ ਮੰਨੇ ਜਾਂਦੇ ਆ, ਤੇ ਉਹਨਾਂ ਦਾ ਇਸ ਤਰੀਕੇ ਦੇ ਨਾਲ ਪ੍ਰਿਯੰਕਾ ਗਾਂਧੀ ਦੀ ਚਿੱਠੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਨਾਲ ਲਗਾਤਾਰ ਜਿਹੜੀਆਂ ਉਹ ਮੁਲਾਕਾਤਾਂ ਕਰਨਾ, ਲਗਾਤਾਰ ਵੱਡੇ ਲੀਡਰਾਂ ਦਾ ਆਉਣਾ, ਲਗਾਤਾਰ ਵੱਡੀਆਂ ਮੁਲਾਕਾਤਾਂ ਦਾ ਵਧਣਾ, ਕਿਤੇ ਨਾ ਕਿਤੇ ਇਸ਼ਾਰਾ ਜ਼ਰੂਰ ਕਰਦਾ ਹੈ ਕਿ ਕੁਝ ਵੱਡਾ ਹੋ ਸਕਦਾ ਹੈ, ਕਿ ਕਾਂਗਰਸ ਦੀ ਤਸਵੀਰ ਜਿਹੜੀ ਆ ਪੰਜਾਬ ਕਾਂਗਰਸ ਦੀ ਤਸਵੀਰ ਬਦਲ ਸਕਦੀ ਹੈ, ਕਿਉਂਕਿ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਤਰੀਕ ਵੀ ਜਿਹੜੀ ਉਹ ਜਲਦ ਨੇੜੇ ਆ ਰਹੀ ਹੈ, ਤੇ ਉਹਨਾਂ ਦੀ ਤਰੀਕ ਜਿਹੜੀ ਰਿਹਾਈ ਦੀ ਉਹ 26 ਜਨਵਰੀ ਹੈ। ਤਾਂ ਉਸ ਤੋਂ ਪਹਿਲਾਂ ਪ੍ਰਿਯੰਕਾ ਦੀ ਚਿੱਠੀ ਆਉਣਾ ਤੇ ਚਿੱਠੀ ਤੋਂ ਬਾਅਦ ਲਗਾਤਾਰ ਮੁਲਾਕਾਤਾਂ ਦਾ ਸਿਲਸਿਲਾ ਵਧਣਾ ਇੱਕ ਵੱਡਾ ਜਿਹੜੇ ਉਹ ਮਾਇਨੇ ਕੱਢਦਾ ਆਪਣੇ ਆਪ ਦੇ ਵਿੱਚ। ਜੀ, ਇੱਕ ਆਪਾਂ ਗੱਲ ਹੋਰ ਜਿਹੜੇ ਸਿੱਧੂ ਸਾਹਿਬ ਕਰ ਲਈਏ ਕਿ ਵੀ ਜਿਹੜੇ ਇੱਕ ਵਾਰ ਚਰਚਾਵਾਂ ਚੱਲ ਰਹੀਆਂ ਸੀ ਕਿ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਪੰਜਾਬ ਕਾਂਗਰਸ ਦੇ ਵਿੱਚ ਦਿੱਤੀ ਜਾ ਸਕਦੀ ਹੈ, ਅਤੇ ਪਿਛਲੇ ਜਿਹੜੇ ਸਮੇਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਵੀ ਜਿਹੜੇ ਵੱਡੇ ਵੱਡੇ ਲੀਡਰ ਨੇ, ਖਾਸ ਕਰ ਜਿਵੇਂ ਆਪਾਂ ਜੈਜੀਤ ਸਿੰਘ ਜੌਲ ਹੋਣਾ ਦੀ ਗੱਲ ਕਰੀਏ ਤਾਂ ਉਹ ਵੀ ਜਿਹੜੇ ਉਹ ਲਗਾਤਾਰ ਜਿਹੜੇ ਲੀਡਰ ਜਿਹੜੇ ਨਾਰਾਜ਼ ਜ਼ਰੂਰ ਨੇਗੇ ਕਿਸੇ ਨਾ ਕਿਤੇ ਜਿਹੜੀ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਹੋਣਾ ਦੀ, ਅਤੇ ਜਿਹੜੇ ਜੇ ਅੰਕਲਨ ਕੀਤਾ ਜਾਵੇ ਤਾਂ ਕੀ ਕਾਰਨ ਰਹਿ ਸਕਦੇ ਨੇ ਕਿ ਰਾਜਾ ਵੜਿੰਗ ਜਿਹੜੇ ਨੇਗੇ ਵੀ ਹੋ ਸਕਦਾ ਕਿ ਉਹਨਾਂ ਦੇ ਕੋਲੋਂ ਕੋਈ ਜ਼ਿੰਮੇਵਾਰੀ ਲੈ ਕੇ ਜਿਹੜੀ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਦੇ ਦਿੱਤੀ ਜਾਵੇ, ਤਾਂ ਜੇ ਅੰਕਲਨ ਕੀਤਾ ਜਾਵੇ ਤਾਂ ਉਹ ਕੀ ਹੋ ਸਕਦੇ ਨੇਗੇ ਉਹ ਗੱਲਾਂ ਜਿਹੜੀਆਂ ਨੇਗੀਆਂ? ਨਹੀਂ, ਤੁਸੀਂ ਮੈਨੂੰ ਪਤਾ ਤੁਸੀਂ ਸੋਚ ਰਹੇ ਹੋ ਕਿ ਸ਼ਾਇਦ ਰਾਜਾ ਵੜਿੰਗ ਤੋਂ ਪ੍ਰਧਾਨਗੀ ਲੈ ਕੇ, ਦੇਖੋ ਇਹ ਨਹੀਂ ਕਹਿ ਸਕਦੇ ਕਿ ਰਾਜਾ ਵੜਿੰਗ ਤੋਂ ਪ੍ਰਧਾਨਗੀ ਲੈ ਕੇ ਉਹਨਾਂ ਨੂੰ ਦਿੱਤੀ ਜਾਊਗੀ ਜਾਂ ਨਹੀਂ ਦਿੱਤੀ ਜਾਊਗੀ, ਇਹ ਤਾਂ ਕਹਿਣਾ ਮੁਸ਼ਕਲ ਹੈਗਾ। ਪਰ ਹਾਂ, ਕੋਈ ਵੱਡੀ ਜ਼ਿੰਮੇਵਾਰੀ ਜ਼ਰੂਰ ਦਿੱਤੀ ਜਾਣੀ ਹੈ, ਇਹ ਗੱਲ ਤੈਅ ਹੈ, ਕਿਉਂਕਿ ਤੁਸੀਂ ਪੂਰੀ ਕਾਂਗਰਸ ਦੇ ਵਿੱਚ ਇਸ ਵਕਤ ਜਿਹੜੀ ਉਹ ਨਿਗਾਹ ਮਾਰ ਲਓ ਕੁਲਵਿੰਦਰ ਜੀ, ਜਿੰਨੀ ਕੁ ਕਾਂਗਰਸ ਇਸ ਵਕਤ ਬਚੀ ਹੈ, ਕਿਉਂਕਿ ਬਹੁਤੀ ਕਾਂਗਰਸ ਬੀਜੇਪੀ ਦੇ ਵਿੱਚ ਛਾਲਾ ਮਾਰ ਚੁੱਕੀ ਹੈ, ਜਿੰਨੀ ਕੁ ਵੀ ਕਾਂਗਰਸ ਇਸ ਵਕਤ ਜਿਹੜੀ ਨਾਰਾਜ਼ਗੀਆਂ ਨੇ ਜਿਹੜੀਆਂ ਕਾਂਗਰਸ ਦੇ ਜਿਹੜੇ ਲੀਡਰਾਂ ਦੇ ਵਿੱਚ ਨਾਰਾਜ਼ਗੀਆਂ ਨੇ, ਇਸੇ ਗੱਲ ਨੂੰ ਲੈ ਕੇ ਇੰਨੇ ਵੱਧ ਰਹੀਆਂ ਨੇ? ਨਹੀਂ, ਮੈਂ ਉਸੇ ਤੇ, ਸੁਣੋ ਮੇਰੀ ਗੱਲ, ਮੈਂ ਉਸੇ ਤੇ ਹੀ ਆ ਰਿਹਾ ਸੀਗਾ, ਨਾਰਾਜ਼ਗੀਆਂ ਜ਼ਰੂਰ ਹੁੰਦੀਆਂ, ਹੁਣ ਉਹ ਪ੍ਰਧਾਨਗੀ ਉਹਨਾਂ ਤੋਂ ਲੈ ਕੇ ਦਿੰਦੇ ਆ ਜਾਂ ਨਹੀਂ ਦਿੰਦੇ, ਇਹ ਗੱਲ ਹਲੇ ਕਹਿਣਾ ਮੁਸ਼ਕਿਲ ਆ, ਹੋ ਸਕਦਾ ਕਿ ਇਹ ਗੱਲ ਤੁਹਾਡੇ ਵਾਲੀ ਸੱਚੀ ਵੀ ਹੋਵੇ, ਪਰ ਹਾਂ, ਪਰ ਇਹ ਗੱਲ ਪੱਕੀ ਹੈ ਕਿ ਜ਼ਿੰਮੇਵਾਰੀ ਜ਼ਰੂਰ ਮਿਲਣੀ ਆ, ਹੋ ਸਕਦਾ ਉਹ ਪ੍ਰਧਾਨਗੀ ਦੀ ਹੋਵੇ, ਹੋ ਸਕਦਾ ਕੋਈ ਇਸ ਤੋਂ ਵੀ ਵੱਡੀ ਹੋਵੇ ਜਾਂ ਕੋਈ ਹੋਰ ਹੋਵੇ, ਪਰ ਹਾਂ ਇਹ ਗੱਲ ਪੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਅਹਿਮ ਜ਼ਿੰਮੇਵਾਰੀ ਮਿਲਦੀ ਹੈ। ਮੈਂ ਉਹੀ ਕਹਿ ਰਿਹਾ ਸੀਗਾ ਕਿ ਤੁਸੀਂ ਇਸ ਵਕਤ ਪੂਰੀ ਪੰਜਾਬ ਕਾਂਗਰਸ ਤੋਂ ਲੈ ਕੇ ਪੂਰੇ ਇੰਡੀਆ ਦੀ ਕਾਂਗਰਸ ਦੇ ਵਿੱਚ ਨਿਗਾਹ ਮਾਰ ਲਓ, 24 ਦੀਆਂ ਇਲੈਕਸ਼ਨਾਂ ਆਉਣ ਵਾਲੀਆਂ ਨੇ, ਤੇ 24 ਦੀਆਂ ਇਲੈਕਸ਼ਨਾਂ ਦੇ ਵਿੱਚ ਪ੍ਰਚਾਰ ਕਰਨ
ਵਿਗਾੜ ਕੇ ਇਸ ਵਕਤ ਜਿਹੜਾ ਕਾਂਗਰਸ ਦੇ ਕੋਲ ਜਿਹੜਾ ਉਹ ਨਜ਼ਰ ਆਉਂਦਾ ਕੁਲਵਿੰਦਰ ਜੀ ਨਜ਼ਰ ਨਹੀਂ ਆ ਰਿਹਾ ਤੇ ਇਹ ਤੋਂ ਤੈਅ ਮੰਨਿਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰੀ ਤਾਂ ਉਹ ਮਿਲਣੀ ਹੀ ਮਿਲਣੀ ਹੈ, ਉਹ ਤਾਂ ਤੈਅ ਮੰਨੀ ਜਾ ਰਹੀ ਹੈ। ਜਿਸ ਤਰੀਕੇ ਦੇ ਨਾਲ ਚਿੱਠੀ ਆਉਣ ਤੋਂ ਬਾਅਦ ਲਗਾਤਾਰ ਮੁਲਾਕਾਤਾਂ ਦਾ ਸਿਲਸਿਲਾ ਵਧਿਆ, ਹੋ ਸਕਦਾ ਕੋਈ ਇਸ਼ਾਰਾ ਅੰਦਰ ਖਾਤੇ ਹੋ ਗਿਆ ਹੋਵੇ, ਪਰ ਹਾਂ ਇਹ ਕਹਿਣਾ ਹਾਲੇ ਮੁਸ਼ਕਿਲ ਹੈ ਕਿ ਹੋ ਸਕਦਾ ਪ੍ਰਧਾਨਗੀ ਹੋਵੇ, ਹੋ ਸਕਦਾ ਨੈਸ਼ਨਲ ਲੈਵਲ ਤੇ ਉੱਪਰ ਕੋਈ ਵੱਡੀ ਜ਼ਿੰਮੇਵਾਰੀ ਮਿਲਣੀ ਹੋਵੇ, ਜ਼ਿੰਮੇਵਾਰੀ ਜ਼ਰੂਰ ਮਿਲਣੀ ਹੈ। ਇਹ ਹਲੇ ਕੁਝ ਦਿਨਾਂ ਤੱਕ ਤੈਅ ਹੋ ਜਾਊਗਾ, ਸਾਹਮਣੇ ਆ ਜਾਊਗਾ ਜਦੋਂ ਨਵਜੋਤ ਸਿੰਘ ਸਿੱਧੂ ਬਾਹਰ ਆਉਣਗੇ ਕਿ ਪ੍ਰਧਾਨਗੀ ਮਿਲਦੀ ਹੈ ਜਾਂ ਇਸ ਤੋਂ ਵੀ ਕੋਈ ਵੱਡੀ ਜ਼ਿੰਮੇਵਾਰੀ ਮਿਲਦੀ ਹੈ। ਹਾਂ ਇਹ ਤੈਅ ਹੈ ਵੀ ਜ਼ਿੰਮੇਵਾਰੀ ਜ਼ਰੂਰ ਮਿਲਣੀ। ਜੀ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਸਿੱਧੂ ਜੀ ਸਾਡੇ ਨਾਲ ਇਹ ਜਾਣਕਾਰੀ ਸ਼ੇਅਰ ਕਰਨ ਦੇ ਲਈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਇਹ ਤਸਵੀਰਾਂ ਬਹੁਤ ਅਹਿਮ ਨੇ ਅੱਜ ਦੀ ਰਾਜਨੀਤੀ ਦੇ ਵਿੱਚ, ਖਾਸ ਕਰ ਜਿਹੜੀ ਪੰਜਾਬ ਕਾਂਗਰਸ ਦੀ ਰਾਜਨੀਤੀ ਹੈ ਉਹਦੇ ਵਿੱਚ ਇਹ ਤਸਵੀਰਾਂ ਬਹੁਤ ਅਹਿਮ ਨੇ। ਅਤੇ ਮਨਪ੍ਰੀਤ ਬਾਦਲ ਜੋ ਕਿ ਸੀਨੀਅਰ ਫੇਸ ਨੇਗੇ, ਵੱਡਾ ਚਿਹਰਾ ਮੰਨੇ ਜਾਂਦੇ ਨੇਗੇ ਪੰਜਾਬ ਕਾਂਗਰਸ ਦਾ, ਅਤੇ ਰਾਹੁਲ ਗਾਂਧੀ ਦੇ ਬੇਹੱਦ ਨਜ਼ਦੀਕ ਮੰਨੇ ਜਾਂਦੇ ਨੇ, ਅਤੇ ਜਿਹੜਾ KP ਜੋ ਕਿ ਮਹਿੰਦਰ ਸਿੰਘ KP ਨੇ ਉਹ ਵੀ ਵੱਡੇ ਲੀਡਰ ਨੇ, ਵੱਡੇ ਵੱਡੇ ਲੀਡਰ ਜਿਹੜੇ ਨੇਗੇ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤਾਂ ਕਰਨ ਦੇ ਲਈ ਪਹੁੰਚ ਰਹੇ ਨੇ। ਪੰਜਾਬ ਕਾਂਗਰਸ ਦੀ ਤਸਵੀਰ ਲਗਾਤਾਰ ਬਦਲਦੀ ਜਾ ਰਹੀ ਹੈ। ਹੋਰ ਵੀ ਖਬਰਾਂ ਅਤੇ ਅਪਡੇਟਸ ਦੇਖਣ ਦੇ ਲਈ ਬਣੇ ਰਹੋ ਰੋਜ਼ਾਨਾ ਲੋਕਨਾਥ TV ਦੇ ਨਾਲ।